ਆਪਣਾ ਬੰਦ ਹੈ, ਠੀਕ ਹੈ। 10 ਇੰਚ ਲੈ ਕੇ ਆਪਾਂ ਨੇ ਇਹਨੂੰ ਡਬਲ ਕੀਤਾ ਹੋਇਆ, 20 ਹੈ। ਔਰ ਹੁਣ ਲੈਂਥ ਦੇ ਵਿੱਚ ਆਪਾਂ ਨੇ +3 ਕੀਤਾ ਹੋਇਆ। ਹੁਣ ਜਿਹੜੀ ਸਾਈਡ ਆਪਣੀ ਬੰਦ ਹੈ ਉਹਦਾ ਆਪਾਂ ਨੇ ਰੱਖਣੀ ਹੈ ਆਪਣੇ ਹੱਥਾਂ ਦੇ ਓਪੋਜ਼ਿਟ, ਠੀਕ ਹੈ, ਉਹ ਵਾਲੀ ਸਾਈਡ। ਹੁਣ ਜਿਹੜਾ ਆਹ ਵਾਲਾ ਆਪਣੇ ਆਹ ਵਾਲੇ ਖੱਬੇ ਹੱਥ ਵਾਲ ਕੋਰਨਰ ਹੈ, ਉੱਥੋਂ ਆਪਾਂ ਨੇ ਲੈਣਾ ਜੀ 3 ਇੰਚ ਅੰਦਰ ਆਉਣਾ, ਠੀਕ ਹੈ। ਫਿਰ ਆਪਾਂ ਨੇ ਇੱਥੋਂ ਸਟ੍ਰੇਟ ਮੈਚ ਕਰ ਦੇਣਾ ਹੈ ਟੌਪ ਆਫ ਦੀ ਸਲੀਵ, ਠੀਕ ਹੈ। ਸਟ੍ਰੇਟ ਮੈਚ ਕਰਤਾ। ਔਰ ਹੁਣ ਆਪਾਂ ਨੇ ਇਹਦਾ ਕਰਨਾ ਹੈ ਜੀ ਸੈਂਟਰ, ਇਹ ਵਾਲੀ ਲਾਈਨ ਦਾ ਸੈਂਟਰ ਕਰਕੇ ਆਉਣਾ ਹੈ 1/2 ਇੰਚ ਬਾਹਰ। 1/2 ਇੰਚ ਬਾਹਰ ਆ ਕੇ ਇੱਥੋਂ ਗੁਲਾਈ ਨਾਲ ਇਹ ਵਾਲੀ ਲਾਈਨ ਨੂੰ ਮੈਚ ਕਰਨਾ ਹੈ, ਗੁਲਾਈ ਨਾਲ ਇਹ ਵਾਲੀ ਲਾਈਨ ਨੂੰ ਮੈਚ ਕਰਨਾ, ਕਲੀਅਰ। ਔਰ ਜਿਹੜੀ ਆਪਣੀ ਬੋਟਮ ਹੈ ਉਹ ਆਪਾਂ ਨੇ ਕਿਵੇਂ ਲੈਣੀ ਹੈ, ਬੋਟਮ ਜਿਵੇਂ ਮੇਰੇ ਆਉਂਦੀ ਹੈ ਜੀ 5.5। ਆਪਾਂ ਨੇ ਲੂਜ਼ ਰੱਖਣੀ ਹੈ ਤਾਂ ਉੱਦਾਂ ਲੈ ਲਾਂਗੇ, ਜਿਹਨੀ ਰੱਖਣੀ ਹੈ ਉਵੇਂ ਲੈ ਲਾਂਗੇ। ਮਤਲਬ ਜਿੰਨੀ ਬੋਟਮ ਰੱਖਣੀ, ਜਿਵੇਂ ਮੰਨ ਲਓ ਮੈਂ 6 ਇੰਚ ਰੱਖੂੰਗੀ ਤਾਂ ਪਲੱਸ ਕਿੰਨਾ ਕਰਨਾ, 2 ਇੰਚ, 2 ਇੰਚ ਐਕਸਟਰਾ ਲੈਣਾ, ਠੀਕ ਹੈ। ਜੇ ਤੁਸੀਂ ਸਲੀਵ ਨੂੰ ਟਾਈਟ ਫਿਟਡ ਨਹੀਂ ਕਰਨਾ, ਨੋਰਮਲ ਕਰਨਾ, ਤਾਂ ਐਜ਼ ਅ ਟਿਸ ਬਸ ਆਪਾਂ ਮੇਜ਼ਰਿੰਗ ਟੇਪ ਰੱਖਿਆ, ਆਹ ਵਾਲੇ 3 ਇੰਚ ਨੂੰ ਆਪਾਂ ਨੇ ਜਿਹੜਾ ਆਪਣਾ 8 ਇੰਚ 'ਤੇ ਮਾਰਕ ਕਰਿਆ ਬੋਟਮ ਦਾ ਉਹਦੇ ਨਾਲ ਕਰਤਾ ਮੈਚ। ਇਹ ਆਪਣੀ ਹੋ ਗਈ ਨੋਰਮਲ ਕਟਿੰਗ। ਜੇ ਆਪਾਂ ਨੂੰ ਲੱਗਦਾ ਕਿ ਥੋੜ੍ਹੀ ਫਿਟਿੰਗ ਵਾਲੀ ਸਲੀਵ ਚਾਹੀਦੀ ਹੈ ਤਾਂ ਆਪਾਂ ਇਹ ਲਾਈਨ ਦਾ ਕਰਾਂਗੇ ਸੈਂਟਰ, ਸੈਂਟਰ ਕਰਕੇ 1 ਇੰਚ ਆ ਜਾਵਾਂਗੇ ਉੱਪਰ, ਇੱਥੋਂ ਹਲਕੀ ਜਿਹੀ ਗੁਲਾਈ ਦੇ ਦਾਂਗੇ ਜਿਹਦੇ ਨਾਲ ਕਿ ਆਪਣੀ ਬਾਂਹ ਦੀ ਫਿਟਿੰਗ ਆ ਜੂਗੀ ਹਲਕੀ ਜਿਹੀ, ਠੀਕ ਹੈ ਜੀ।